ਜੋ ਕਿ ਪਰਮਾਤਮਾ ਨੇ ਦਇਆ ਕਰਕੇ ਸਾਨੂੰ ਤੋਹਫਾ ਇਨਸਾਨ ਦੇ ਜਾਮੇ ਦਾ ਦਿੱਤਾ ਹੈ, ਇਹਦੇ ਵਿੱਚ ਭਜਨ ਕਰਨਾ ਹੀ ਲਾਹਾ ਹੈ। ਜੋ ਕੰਮ ਅਸੀਂ ਹੋਰਾਂ ਜਾਮਿਆਂ 'ਚ ਕਰ ਨਹੀਂ ਸਕੇ, ਇਹ 'ਚ ਸ਼ੁਰੂ ਅਸੀਂ ਕਰ ਰਹੇ ਹਾਂ, ਕਾਮਯਾਬ ਹੋਣ ਵਾਸਤੇ ਸੰਘਰਸ਼ ਕਰ ਰਹੇ ਹਾਂ। ਮੈਨੂੰ ਇਸ ਲਈ ਆਪ ਸਭ ਦੇ ਵਿੱਚ ਬੈਠ ਕੇ ਟਾਈਮ ਬਿਤਾ ਕੇ ਬੜੀ ਹੀ ਖੁਸ਼ੀ ਹੁੰਦੀ ਹੈ। ਆਈ ਐਮ ਵੈਰੀ ਹੈਪੀ ਟੂ ਬੀ ਏਬਲ ਟੂ ਸਪੈਂਡ ਟਾਈਮ ਵਿਦ ਆਲ ਆਫ ਯੂ ਦ ਡੀਅਰ ਵੰਸ, ਬਿਕੋਜ਼ ਆਲ ਆਫ ਯੂ ਆਰ ਡੂਇੰਗ ਸੱਚ ਅ ਥਿੰਗ ਵਿੱਚ ਵੀ ਆਰ ਰਿਕੁਆਇਰਡ, ਵਿੱਚ ਵੀ ਆਰ ਐਕਸਪੈਕਟਡ ਟੂ ਡੂ ਇਨ ਦਿਸ ਹਿਊਮਨ ਬਾਡੀ। ਯੂ ਨੋ ਦੈਟ ਹਿਊਮਨ ਬਾਡੀ ਔਰ ਹਿਊਮਨ ਬਰਥ ਇਜ਼ ਅ ਗਿਫਟ ਆਫ ਗੋਡ ਇਨ ਵਿੱਚ ਵੀ ਹੈਵ ਟੂ ਡੂ ਹਿਜ਼ ਡਿਵੋਸ਼ਨ, ਵੀ ਹੈਵ ਟੂ ਡੂ ਦ ਮੈਡੀਟੇਸ਼ਨ। ਦਿਸ ਇਜ਼ ਦੀ ਓਨਲੀ ਥਿੰਗ ਵਿੱਚ ਵੀ ਕੈਨ ਨਾਟ ਡੂ ਵੈਨ ਵੀ ਆਰ ਇਨ ਦੀ ਅਦਰ ਬਾਡੀਜ਼। ਓਨਲੀ ਇਨ ਦ ਹਿਊਮਨ ਬਾਡੀ ਕੈਨ ਵੀ ਡੂ ਦ ਡਿਵੋਸ਼ਨ ਆਫ ਲਾਰਡ ਆਲ ਮਾਈਟੀ। ਸੋ ਵੈਨ ਯੂ ਆਰ ਮੇਕਿੰਗ ਐਫਰਟਸ ਇਨ ਡੂਇੰਗ ਦ ਡਿਵੋਸ਼ਨ ਆਫ ਗੋਡ ਆਲ ਮਾਈਟੀ, ਵੈਨ ਯੂ ਆਰ ਸਿਟਿੰਗ ਫਾਰ ਡੂਇੰਗ ਦ ਮੈਡੀਟੇਸ਼ਨ ਐਂਡ ਵੈਨ ਯੂ ਕਮ ਯੂਅਰ ਫਾਰ ਦੈਟ ਪਰਪਸ ਓਨਲੀ, ਇਟ ਪਲੀਜ਼ਸ ਮੀ ਵੈਰੀ ਮਚ ਐਂਡ ਦੈਟ ਇਜ਼ ਵਾਈ ਆਈ ਐਮ ਆਲਵੇਸ ਵੈਰੀ ਹੈਪੀ, ਆਈ ਐਮ ਆਲਵੇਸ ਵੈਰੀ ਡਿਲਾਈਟਡ ਟੂ ਸਿਟ ਅਮੋਂਗ ਯੂ ਐਂਡ ਡੂ ਦ ਡਿਵੋਸ਼ਨ ਐਂਡ ਸਿੰਗ ਦ ਪ੍ਰੇਜ਼ਸ ਆਫ ਗੋਡ। ਇਸ ਜਗ੍ਹਾ 'ਚ ਬੈਠ ਕੇ ਸਤਸੰਗ ਕਰਿਆ ਜਾਂਦਾ ਹੈ, ਭਜਨ ਅਭਿਆਸ ਕਰਿਆ ਜਾਂਦਾ ਹੈ, ਸਾਡੇ ਵਾਸਤੇ ਉਹ ਜਗ੍ਹਾ ਪਵਿੱਤਰ ਹੁੰਦੀ ਹੈ। ਪਵਿੱਤਰ ਉਹੀ ਜਗ੍ਹਾ ਹੈ ਜਿੱਥੇ ਗੁਰੂ ਦੀ ਯਾਦ ਕਰੀ ਜਾ ਮਨਾਈ ਜਾਵੇ, ਯਾਦ ਵਿੱਚ ਬੈਠਿਆ ਜਾਵੇ। ਸੋ ਇਸ ਜਗ੍ਹਾ ਦੀ ਸਫਾਈ ਕਰਨੀ, ਸ਼ਾਂਤੀ ਕਰਨੀ ਖਾਸ ਧਿਆਨ ਰੱਖਣਾ ਹੈ। ਇੱਥੇ ਬੈਠ ਕੇ ਦੁਨੀਆ ਦੀਆਂ ਬਾਤਾਂ ਕਰਨੀਆਂ ਅੱਛੀਆਂ ਨਹੀਂ, ਕਿਉਂਕਿ ਘਰ ਦਾ ਜੋ ਕਾਰੋਬਾਰ ਹੈ ਅਸੀਂ ਘਰ ਛੋੜ ਰਹੇ ਹਾਂ। ਅਬ ਇੱਥੇ ਘਰ ਨੂੰ ਨਾ ਬੁਲਾਓ, ਘਰ ਦੇ ਮੁਤਾਬਕ ਨਾ ਸੋਚੋ ਔਰ ਨਾ ਸੁਣੋ ਨਾ ਸੁਣਾਓ। ਜੋ ਕਰਨਾ ਹੈ ਇੱਥੇ ਉਹ ਵੱਧ ਤੋਂ ਵੱਧ ਸਿਮਰਨ ਕਰਨਾ ਹੈ। ਦ ਪਲੇਸ ਵੈਰ ਤੁਰੇ ਫਿਰਦੇ ਬੈਠੇ ਖਾਣਾ ਖਾਂਦੇ ਸਿਮਰਨ ਹੀ ਕਰੋ। ਦ ਪਲੇਸ ਵੈਰ ਵੀ ਡੂ ਦ ਸਤਸੰਗਸ ਐਂਡ ਦ ਪਲੇਸ ਵੈਰ ਵੀ ਸਿਟ ਇਨ ਦ ਮੈਡੀਟੇਸ਼ਨ, ਦੈਟ ਪਲੇਸ ਬਿਕਮਸ ਵੈਰੀ ਹੋਲੀ। ਵਾਟ ਇਜ਼ ਦੀ ਹੋਲੀ ਪਲੇਸ? Only that place where we do the remembrance of God, when we remember our master, is the holy place. So this place where we are having the satsangs or where we sit in the meditation, you should consider that as a holy place. And in this holy place you should not do anything which is not holy. I mean to say that you should not do any worldly thing here, you should not think of the worldly things, you should not discuss any worldly problems and things like that, because you have left your home and everything behind. So when you have come here, you should not involve your homely things here, neither you should talk about your home and the other things with other people, nor you should listen to other people. Here you should only be doing the bhajan and simran and the remembrance of the master. Whether you are standing or sitting, walking or doing anything, always you should be doing the simran, so that the cleanliness and the holiness of this place could be maintained. Well, here we will follow the same pattern of the program as we do in Rajasthan. Like one day we'll sing the bhajans, second day Sanji will give a talk, and the third day he will answer the questions. So since today is the first day, it is the day of singing the bhajans. So all those who want to sing the bhajans can raise their hands, and then Sanji will say, okay, you can sing the bhajan. And before you start singing the bhajan, please do read out the page number so that the other people may follow the chorus. All right.
ਸਭ ਦੇ ਬਹੁਤ ਪਿਆਰੇ ਭਜਨ ਸਨ ਜੋ ਸਾਡੇ ਸਤਿਗੁਰਾਂ ਨੇ ਸਾਨੂੰ ਆਪਦੇ ਜਸ਼ ਕਰਨ ਦਾ ਮੌਕਾ ਦਿੱਤਾ, ਆਪਦੇ ਪਿਆਰ ਵਿੱਚ ਬੈਠਣ ਦਾ ਦਿੱਤਾ ਹੈ, ਉਹਦਾ ਧੰਨਵਾਦ ਕਰਦੇ ਹਾਂ। ਆਲ ਆਫ ਯੋਰ ਭਜਨਸ ਵੇਰ ਵੈਰੀ ਗੁੱਡ, ਦੇ ਵੇਰ ਵੈਰੀ ਸਵੀਟ। ਥੈਂਕਸ ਟੂ ਅਵਰ ਬਿਲਵਡ ਸਤਿਗੁਰੂਸ ਹੂ ਗੇਵ ਅਸ ਦਿਸ ਪ੍ਰੀਸ਼ੀਅਸ ਅਪੋਰਚੁਨਿਟੀ ਟੂ ਸਿੰਗ ਦੇਅਰ ਗਲੋਰੀ। ਭਜਨ ਇਤਨੇ ਪਿਆਰੇ ਹੈ ਕਿ ਉੱਠਣ ਨੂੰ ਦਿਲ ਨਹੀਂ ਕਰਦਾ, ਲੇਕਿਨ ਤੁਹਾਨੂੰ ਪਤਾ ਹੀ ਹੈ ਕਿ ਦੂਸਰਾ ਟਾਈਮ ਇਸ ਤੋਂ ਵੀ ਜ਼ਰੂਰੀ ਹੁੰਦਾ ਹੈ। ਇਸ ਵਾਸਤੇ ਇਸ ਰਸਮ ਇੱਥੇ ਸਮਾਪਤ ਕਰਦੇ ਹੋਏ ਜੋ ਕੁਛ ਅਸੀਂ ਗੁਰੂ ਪਿਆਰ ਦੇ ਸ਼ਬਦ ਬੋਲੇ ਹੈ, ਤੜਕ ਨੂੰ ਬੁਝਾਉਣ ਵਾਸਤੇ ਸਿਮਰਨ ਦੇ ਵਿੱਚ ਜੁੜਨਾ ਵੀ ਬਹੁਤ ਜ਼ਰੂਰੀ ਹੈ। The bhajans are so beautiful, so sweet, they are so loving that one does not feel like stopping it. I don't feel like going. But the other thing which we are supposed to do is even more important than singing the bhajans. Whatever we have sang in the bhajans, in order to quench our thirst, in order to fulfill our yearning, it is very important for us to do the simran and get ourselves connected to the simran within. So now we should sit in the meditation. The dear ones, those who cannot sit for the whole hour, and the children should please leave, and the other dear ones should get ready for the meditation. Okay. Yeah.
Amen.
क्योंकि बगैर अनुभव तो असी उसनू देख नहीं सकते, असी उसनू समझ नहीं सकते।
ਫਲਟੂ ਸਾਹਿਬ ਨੇ ਕਿਹਾ ਸੀਗਾ, ਜੇ ਕੋਈ ਚਾਹੇ ਨਾਮ ਤੋ ਨਾਮ ਅਨਾਮ ਹੈ, ਪੜ੍ਹਨ ਲਿਖਣ ਮੇਂ ਨਾਹੀਂ ਨੇਹ ਅੱਛਰ ਕਾਮ ਹੈ, ਰੂਪ ਕਹੋ ਅਨਰੂਪ ਪਵਨਾ ਨਰੇਪ ਦੇ ਹਾਂ ਜਾਏ ਕਿ ਇੱਥੇ ਅਸੀਂ ਕਰਦੇ ਕਾਰੋਬਾਰ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ, ਕਿਸੇ ਦੀ ਨਿੰਦਿਆ ਕਿਸੇ ਦੀ ਚੁਗਲੀ ਕਰਨੀ ਸ਼ੁਰੂ ਕਰ ਦਿੱਤੀ, ਅਸੀਂ ਉਹ ਮਕਸਦ ਨੂੰ ਭੁੱਲੇ ਹੁੰਦੇ ਹਾਂ ਉਸ ਵਕਤ ਜਿਸ ਨੂੰ ਅਸੀਂ ਮੰਦਰ ਵਿੱਚ ਆਏ ਹੁੰਦੇ ਹੈ। ਸੋ ਇਸ ਵਾਸਤੇ ਸੰਤ ਮਹਾਤਮਾ ਸਾਨੂੰ ਦੱਸਦੇ ਹੈ ਕਿ ਇਹ ਮੰਦਰ ਜਾਤੀ ਜੈਸੀ ਜਾਗਰੀ ਤਾਂ ਕੋ ਤੈ ਸਾਦੇ, ਉਹ ਰਾਮ ਪ੍ਰਭੂ ਸਾਰਿਆਂ ਦੇ ਅੰਦਰ ਬੈਠਾ ਹੈ, ਉਹ ਦੇਖਦਾ ਹੈ ਕਿਹਦੇ ਅੰਦਰ ਮੇਰੇ ਮਿਲਣ ਵਾਸਤੇ। ਸੋ ਸੰਤ ਮਹਾਤਮਾ ਦੱਸਦੇ ਹੈ ਕਿ ਜਿਸ ਤਰ੍ਹਾਂ ਅਸੀਂ ਆਪਦੇ ਹੱਥਾਂ ਨਾਲ ਪਰਮਾਤਮਾ ਦੀਆਂ ਜਗ੍ਹਾ ਬਣਾਈਆਂ ਹੈ, ਆਉਂਦਾ ਨਹੀਂ। Go cuando you need to get out there. Thank you.
survived an Indian toilet. Thanks, yeah. Mike. I make like sense. Saludo con Zambani Arran de New Hampshire. Pero entonces un saludo allá para Zambani Arran de New Hampshire. How you're doing, not how I'm doing. Good.
Oh, that's wonderful. Have you asked the kids how they're doing? No. I was supposed to do that. They're trying to fly kites. Are they being successful, huh? Partly. Okay. Some of the time. I'm going to cover myself up here. I don't feel too bad. It's true. They already lost by 6 years. Right. The red light? Yeah. Only the water doesn't change when the camera is on. Does he look in the camera? Because the camera is on. Yeah.
Okay.
Bye.
Thank you.
वहाँ जो कि जनाब टैक्सी की सेवा मिलती है वहाँ